अब आपके सामने जिक्र मोहम्मद वाले मोहम्मद बयान फरमाएंगे नफीस उजाकरीन जनाब अदील अल्ताफ जाफरी साहब और इनके बाद सैयद नजमुल हसन शिराजी साहब जिक्र मोहम्मद वाले मोहम्मद बयान फरमाएंगे। जाकरे अहले बैत जनाब अदील अल्ताफ जाफरी साहब खुशनुदी है मोहम्मद वाले मोहम्मद बुलंदर सलावात। जितने बैठो सारे अमीन आखिर मालिक सम सब जो है सर इसका था फरमा जिस सर इसके सिफाले मोहम्मद का हिस्सा मेरे मालिक हर घर जैसी औलाद अता फरमा जड़ी औलाद मुहदर आदेश में दुआ मातम पर हो दर्जात की बुलंदी की खातिर इमाम हुसैन अलैहिस्सलाम की सफीहा इख्तमाम है सदका जनाबे मिकदार जनाबे कंबर जनाबे जान जनाबे अबूजर जनाबे सलमान दे दर्जात की बुलंदी का मालिक वजीद सैयदादा बाबा जी हैदर रशवी दे दर्जात बुलंद फरमा मालिक वजीद और नमस्ते कबर दी मंजिला अशान फरमा आले मोहम्मद की खुशनुमदी की खातिर मजीद दर्जात की बुलंदी की खातिर सलवात एक बारी मिलकर पढ़ो मजलिस आजाद का मकसद है हुसैन की जख्मी मां बोलना फजाइल असा लोग पढ़ते हैं आले मोहम्मद की अजमत को जाहिर करने वास्ते मगर मशाइब उस बीवी की दुआ है जी यारा मुहर्रम सब के बिरा दिलदाश के कोलो इंज लंघी जिमें लगता ही बाबा जी दे चेलम की मजलिस से चंद सत्रह हुसैन गरीब दे चेलम दिया रेत दबुरका साल पिछों मैं सब गई वीर दी कबर ते आए मेरी अपनी नस्ल ता मुक गई है तेरी नस्ल मैं सब के जाऊं मैं बिस्मिल्लाह करा वाह आलिया तोड़े तेरा भी होवे बिस्मिल्लाह बिस्मिल्लाह करा मैं सदके दा जड़े रो पयो जड़े बंदे दा ईमान दो ही बात इन पढ़ना नमाज दा रोवना हुसैन दा वारेत दा बुरका साल पिछों गई वीर दी कबर ते आए मेरी अपनी नस्ल ता मुक गई है तेरी नस्ल मैं सब के दावा वाह भाई वाह दर्दाले लोग बैठे हो मैं तो इंतजार अच्छा मैं बिस्मिल्लाह जी करा वारेत दा बुरका साल पिछों गई वीर दी कबर ते आए मेरी अपनी नस्ल ता मुक गई है तेरी नस्ल मैं सब के जावा भैया मैं सब के जावा आलिया तुहाडे तरह दी होवे मैं सब के जावा दर्दां दे लोग बैठे हो बीबी अदने मेरी अपनी नस्ल ता मुक गई है तेरी नस्ल मैं सब के जावा हुसैन की माँ तुहाडे भैण कबूल फरमावे आलिया तुहाडे तरह दी होवे जी मैं सब के जावा जिहड़े रो पयो जी करा मैं सब के जावा
ਦਰਦਾਲੇ ਲੋਕ ਬੈਠੇ ਗਰੀਬ ਹੁਸੈਨ ਦੇ ਚਰਨ ਦੇ ਬਦੀ ਲੱਗਦਾ ਜਿਹੜੇ ਰੋ ਪਏ ਉਹ ਬੰਦ ਮੈਂ ਸਮਝਾ ਕੇ ਪੜਦਾ 1400 ਸਾਲ ਦੇ ਬਾਅਦ ਬਈਜਾਨ ਬਜ਼ੁਰਗ ਰਵੇ ਦੀ ਉਹ ਗੱਲੇ ਬਜ਼ੁਰਗ ਤਾਂ ਕਹੀ ਕਹੀ ਤੇ ਗੱਲ ਦੋ ਸਜਾਦ ਤੇ ਬਾਕਰ ਦਾ ਬੀਬੀ ਵਿਰਾ ਦੀ ਕਬਰ ਨੂੰ ਹਾਨ ਲਾ ਕੇ ਆ ਦੇਣ ਮੇਰੀ ਆਪਣੀ ਨਸਲ ਮੁੱਕ ਗਈ ਆਇਆ ਤੇਰੀ ਨਸਲ ਆਲੀਆ ਵਿਰਾ ਨਾ ਲਗਦੀ ਗੱਲ ਕਿਹੜੀ ਕੀਤੀ ਤਾਂ ਕਹੀ ਕਹੀ ਤੇ ਗੱਲ ਦੋ ਹਨ ਇੱਕ ਜੁਮਲਾ ਗਰੀਬ ਹੁਸੈਨ ਦੇ ਚਿਹਰੇ ਦਾ ਮੈਂ ਹੋਰ ਪੜ੍ਹਦਾ ਕਮ ਅਜ਼ ਕਮ 1 ਸਾਲ ਦੇ ਬਾਅਦ ਅਲੀ ਦੀ ਲੁੱਟੀ ਹੋਈ ਦੀ ਚਾਦਰ ਦੇ ਕੇ ਬੇਟੀ ਪੱਗ ਬਚਾ ਕੇ ਮੈਂ ਸਭ ਕਹਿੰਦਾ ਵਾ ਬਈ ਜਾਨ ਅਲੀ ਦੀ ਲੁੱਟੀ ਹੋਈ ਦੀ ਆਪਣੀ ਕਾਮਯਾਬੀ ਦੀ ਖਬਰ ਸੁਣਾਵਣ ਕਰਬਲਾ ਅਕਬਰ ਦੀ ਜਗੀਰ ਦੇ ਬੰਨੇ ਕੀ ਹੋਈ ਜਿਹੜਾ ਲੁੱਟਿਆ ਹੋਇਆ ਕਾਫਿਲਾ ਕਰਬਲਾ ਅਕਬਰ ਦੀ ਜਗੀਰ ਦੇ ਬੰਨੇ ਕੀ ਆਇਆ ਸਵਾਲ ਕਰੋ ਅਦੀਰ ਲੁੱਟੀ ਹੋਈ ਕਾਫਲੇ ਦੀ ਹਾਲਤ ਕਿਹੜੀ ਹੋਈ ਰੋਮਣਾ ਦਾ ਮਾਲਿਕ ਦਰਜਾ ਬੁਲਾ ਫਰਮਾਵੇ ਬਜ਼ੁਰਗਾਂ ਦੇ ਪੜਦੇ ਆਮ ਕਰਾਏ ਸੜੇ ਹੋਏ ਮਾਮਾਰ ਟੁੱਟੀਆਂ ਚੋਬਾ ਚੱਜ ਮਜ਼ਦੂਰਾਂ ਵਾਲ ਸਫਾਇਰ ਨਜ਼ਰਾਂ ਕਮਜ਼ੋਰ ਸਿਆਂ ਲਿਬਾਸ ਦੇ ਗੋਦਾ ਖਾਲੀ ਮੈਂ ਸਭ ਕੇ ਜਾਵਾਂ ਕੋਸ਼ਿਸ਼ ਕਰਿਆ ਚਾਹ ਮਰ ਸਾਹਿਬ ਨਾਮ ਹੀ ਕੈਫੀਅਤ ਦਾ ਜਿਹੜਾ ਲੁੱਟਿਆ ਹੋਇਆ ਕਾਫਿਲਾ ਕਰਬਲਾ ਅਕਬਰ ਦੀ ਜਗੀਰ ਦੇ ਬੰਨੇ ਤੀ ਹੋਏ ਬੀਬੀ ਆ ਕੇ ਡੇਂਦੇ ਖੜੇ ਕਰਬਲਾ ਦੇ ਮੈਦਾਨ ਵਿੱਚ ਕਬਰਾਂ ਬਣੀਆਂ ਹੋਈਆਂ ਬੀਬੀ ਉਸਦੀਆਂ ਕਿ ਨਾਲ ਸਜਾ ਤੇ ਬਸ ਵੇਖਿਆ ਦਿਨ ਸਜਾ ਦੇ ਮੈਂ ਬੇਦਫਨ ਛੋੜ ਕੇ ਤੁਰੀਆਂ ਬੀਬੀ ਅਗਰ ਸਜਾਦ ਮੈਂ ਤਾਂ ਕਫਨ ਹੀ ਨਹੀਂ ਪਵਾਇਆ ਵਲ ਮੈਨੂੰ ਦੱਸਾ ਕਿ ਮੈਂ ਕਰਬਲਾ ਤੇ ਗਰੀਬਾਂ ਦੀਆਂ ਕਬਰਾਂ ਕੈ ਬਣਾਈਆਂ ਜਨਾਬ ਸਜਾਦ ਦੀ ਰਾਤ ਵਧੀ ਹੋਈ ਪੁੱਪੀ ਅੰਮਾ ਸਾਹਮਣੇ ਬਨੂ ਅਸਦ ਦੀ ਬਸਤੀ ਹੈ ਪੁੱਪੀ ਅੰਮਾ ਬਨੂ ਅਸਦ ਦੇ ਲੋਕਾਂ ਗਰੀਬਾਂ ਦੀਆਂ ਕਬਰਾਂ ਬਣਾਈਆਂ ਜਿਹੜਾ ਬੰਦਾ ਅੱਜ ਤਈ ਮੁਕਾਮ ਸ਼ਾਮਿਲ ਨਹੀਂ ਹੋਇਆ ਬਈ ਜਾਨ ਬਨੂ ਅਸਦ ਦਾ ਨਾਮ ਹੈ ਆਲੀ ਅਸੈਨ ਸਜਾਦ ਦੇ ਬਸ ਇੱਥੇ ਸਜਾਦ ਉਹ ਮੇਰੇ ਵੀਰ ਸ਼ਬੀਰ ਤੇ ਗਾਜ਼ੀ ਦੀ ਜੈ ਕੀਤੀ ਇੱਕ ਵਾਰ ਤਿਆਰ ਬੀਬੀ ਅਗਨੇ ਉਹਦੀ ਆਖੀ ਉਹਦੇ ਦਰਵਾਜ਼ੇ ਤੇ ਤੁਹਾਡੀ ਜ਼ੈਨਬ ਸ਼ੁਕਰ ਮੈਂ ਸਭ ਕਹਦਾ ਜੀ ਕਰਾਂ ਬਾਬਾ ਜੀ ਦੇ ਹਵਾਲੇ ਮਿੰਬਰ ਅਗਲੀਆਂ 17 ਪੜ੍ਹਨ ਤੋਂ ਪਹਿਲੇ ਪਿੰਡਾਂ ਹੁਸੈਨ ਦੀ ਜ਼ਖਮੀ ਮਾਂ ਤੋਂ ਬੀਬੀ ਸਾਡੇ ਉੱਤੇ ਤਰਸ ਫਰਮਾਵੇ ਸਾਨੂੰ ਗਿਰੀਏ ਦੀ ਖੈਰਾਤ ਅਤਾ ਫਰਮਾਵੇ ਬੀਬੀ ਆਦਿਨ ਸਜਾਦ ਸਭ ਤੋਂ ਪਹਿਲੇ ਮੈਨੂੰ ਹੋਰ ਦੀ ਕਬਰ ਤੇ ਲਈ ਵੰਡ ਸਜਾ ਦਾ ਦਿਨ ਪੁੱਪੀ ਅੰਮਾ ਬਾਬੇ ਹੁਸੈਨ ਚਾਚੀ ਅੰਬਾਸ ਨਾਲੋਂ ਵੀ ਪਹਿਲੇ ਹੋਰ ਦੀ ਕਬਰ ਤੇ ਕਿਉਂ ਵਹਿੰਦੀ ਹੋ ਜਿਹੜੇ ਬੇਰੀ ਦੇ ਬਿਨਾਂ ਬੈਠੇ ਹੋ ਬੀਬੀ ਉਸ ਦੀਆਂ ਕਿ ਨਾਲ ਦਿਨ ਸਜਾਦ ਵਹਿੰਦੀ ਇਸ ਵਾਸਤੇ ਆਓ ਬਿਰਾ
ਮੈਂ ਸਦਕੇ ਜਾ ਵਾਹ ਬਈ ਵਾਹ ਬੜਾ ਸੋਹਣਾ ਸਮਝਿਓ ਹੋਰ ਦੀ ਕਬਰ 'ਤੇ ਆਏ ਸਲਾਮ ਕੀਤਾ ਵੱਲ ਮੇਰੀ ਸੈਣ ਬਿਰਾ ਹੁਸੈਨ ਦੀ ਕਬਰ ਦੇ ਪਵਾਂਦਾ ਲੈ ਪਸ਼ੂ ਆ ਕੇ ਬਾਂਦੇ ਬਾਂਦੇ ਮਿੱਟੀ 'ਤੇ ਬਹਿ ਕੇ ਆਲੀ ਸਲਾਮ ਕੀਤਾ ਹੁਸੈਨ ਬਈ ਯਾਰ ਸਲਾਮ ਦਾ ਜਵਾਬ ਦਿੱਤਾ ਬੀਬੀ ਅਦਿਨ ਹੁਸੈਨ ਜਦੇ ਕਬਰ 'ਚ ਬਚਾਏ ਨੇ ਆਖੇ ਤਮਸ਼ਾ ਵਾਪਸ ਤੁਰ ਜਾਵਾਂ ਸੈਯਦ ਅਲੀ ਬੇਣ ਮੇਰੀ ਕਬਰ ਇਸ ਵਾਸਤੇ ਹਲੇ ਮੈਨੂੰ ਇਹ ਗੱਲ ਦਾ ਜਵਾਬ ਦੇ ਹੋਰ ਦੀ ਕਬਰ 'ਤੇ ਗਏ ਉਹ ਕਹਿੰਦੀ ਮਰਜ਼ੀ ਨਾਲ ਬੀਬੀ ਅਦਿਨ ਆਪਣੀ ਸੈਯਦ ਅਲੀ ਮੈਨੂੰ ਇਹ ਦੱਸਾ ਮੇਰੀ ਕਬਰ 'ਤੇ ਆਇਓ ਕਹਿੰਦੀ ਮਰਜ਼ੀ ਨਾਲ ਬੀਬੀ ਅਦਿਨ ਆਪਣੀ ਜਿਹੜੇ ਛੋਟੀ ਔਲਾਦ ਵਾਲੇ ਬੈਠੀਓ ਰੋਣ ਵਾਲਾ ਉਸ ਵੇਲੇ ਹੁਸੈਨ ਬਾਦਸ਼ਾਹ ਦੀ ਕਬਰ ਹਲ ਗਈ ਵੇਣ ਕਰਕੇ ਅਦਿਨ ਬੇਣ ਹਰ ਕਬਰ 'ਤੇ ਗਏ ਉਹ ਆਪਣੀ ਮਰਜ਼ੀ ਨਾਲ ਮਿਹਨਤ ਕਰੇ ਨਾ ਦੋ ਕਬਰਾਂ ਤੇ ਜਾ ਮੇਰੀ ਮਰਜ਼ੀ ਨਾਲ ਸੈਯਦਾਂ ਦਾ ਇੱਕ ਵਾਰੀ ਉਹਨਾਂ ਦੋ ਕਬਰਾਂ ਤੇ ਜਾ ਜਿਹੜੇ ਅਕਬਰ ਦੀ ਜਗੀਰ ਦੇ ਬਾਹਰੋਂ ਨਥੇਰਾ ਰੋਣ ਵਾਲਾ ਮੇਰੀ ਸੈਣ ਦੀ ਰਾਹ ਦਾ ਹੁਕਮ ਸੁਣ ਕੇ ਪੁੱਤਰਾਂ ਦੀਆਂ ਕਬਰਾਂ ਦੇ ਪਾਸੇ ਤੁਰੇ ਅਜਾ ਚੰਦ ਕਦਮ ਬੀਬੀ ਪੁੱਤਰਾਂ ਦੀਆਂ ਕਬਰਾਂ ਤੋਂ ਦੂਰ ਹੀ ਅਲੂਵੇਂ ਬਿਰਾ ਕਬਰਾਂ ਤੋਂ ਬਾਹਰ ਆਏ ਮੱਥੇ ਤੇ ਹੱਥ ਰੱਖ ਕੇ ਆਵੇ ਅਕਬਰ ਦੀ ਮਾਂ ਅਕਬਰ ਦੇ ਨੌਕਰਾਂ ਦਾ ਸਲਾਮ ਸਲਾਮ ਮੁਹੰਮਦ।